ਕੁਛ ਸਮਾਂ ਪਹਿਲਾਂ ਇੱਕ ਡਾਂਸਰ ਦੀ ਵੀਡੀਓ ਵਾਇਰਲ ਹੋਈ ਸੀ ਜੋ ਬਹੁਤ ਹੀ ਜ਼ਿਆਦਾ ਸਾਰੇ ਚੈਨਲਾਂ 'ਤੇ ਚੱਲੀ। ਸਿਮਰ ਕੌਰ ਜਿਹਦੀ ਸਟੇਜ ਦੇ ਉੱਤੇ ਲੜਾਈ ਹੋਈ ਸੀ, ਮੁੰਡੇ ਨੇ ਗਲਾਸ ਮਾਰਿਆ ਸੀ ਅਤੇ ਕੁੜੀ ਨੇ ਇੰਨਾ ਕੁ ਜ਼ਿਆਦਾ ਮਾਹੌਲ ਉਸ ਸਮੇਂ ਬਦਲ ਕੇ ਰੱਖ ਦਿੱਤਾ ਸੀ। ਸਾਰੇ ਲੋਕ ਕੁੜੀ ਦੇ ਨਾਲ ਹੋ ਗਏ ਸੀ ਉਸ ਮੁੰਡੇ ਨੂੰ ਫੜਾਉਣ ਦੇ ਲਈ। ਅਤੇ ਹੁਣ ਉਸ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਕੁੜੀ ਨੇ ਪੂਰੀ ਆਪਣੀ ਸਿਕਿਉਰਿਟੀ ਬਣਾ ਲਈ ਹੈ। ਕੁੜੀ ਕਹਿੰਦੀ ਕਿ ਹੁਣ ਮੇਰੇ ਕੋਲ ਵੀ ਨਹੀਂ ਕੋਈ ਲੱਗ ਸਕਦਾ। ਕੁੜੀ ਨੇ ਆਪਣੇ ਨਾਲ ਬਾਉਂਸਰ ਰੱਖ ਲਏ ਨੇ। ਬਿਲਕੁਲ ਬਾਉਂਸਰ ਰੱਖਣੇ ਵੀ ਚਾਹੀਦੇ ਨੇ, ਕਿਉਂਕਿ ਜਦੋਂ ਸੋਸ਼ਲ ਮੀਡੀਆ 'ਤੇ ਕੁੜੀ ਚੱਲੀ ਸੀ ਉਸਨੂੰ ਕਾਫੀ ਜ਼ਿਆਦਾ ਧਮਕੀਆਂ ਆਈਆਂ ਸਨ। ਅਤੇ ਉਸ ਤੋਂ ਬਾਅਦ ਹੀ ਅੱਜ ਕੁੜੀ ਜਦੋਂ ਕਿਤੇ ਵੀ ਸ਼ੋਅ ਲਾਉਣ ਜਾਂਦੀ ਹੈ ਸਿਮਰ ਕੌਰ, ਤਾਂ ਨਾਲ ਉਸਦੇ ਬਾਡੀਗਾਰਡ ਵੀ ਜਾਂਦੇ ਨੇ ਸਿਮਰ ਕੌਰ ਦੇ ਬਾਉਂਸਰ। ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿਸ ਤਰ੍ਹਾਂ ਸਿਮਰ ਕੌਰ ਦੇ ਨਾਲ ਨਾਲ ਜਾ ਰਹੇ ਨੇ ਬਾਉਂਸਰ। ਲੇਡੀਜ਼ ਬਾਉਂਸਰ ਵੀ ਨੇ ਅਤੇ ਜੈਂਟਸ ਬਾਉਂਸਰ ਵੀ ਨੇ। ਹੁਣ ਤੁਸੀਂ ਦੱਸੋ ਕਮੈਂਟਾਂ 'ਚ ਵੀਡੀਓ ਦੇਖ ਕੇ ਕੀ ਬਾਉਂਸਰ ਰੱਖਣੇ ਚਾਹੀਦੇ ਸੀ ਜਾਂ ਨਹੀਂ, ਥੱਲੇ ਦੱਸਿਓ। ਦੇਖੋ ਇਹ ਵੀਡੀਓ।